ਦਮਦਮੀ ਟਕਸਾਲ ਦੇ ਮੁਖੀ ਮਹਾਂਪੁਰਖ ਪਰਮ ਸਤਿਕਾਰਯੋਗ ਸ੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਗੁਰਦੁਆਰਾ ਸਾਹਿਬ ਜੀ ਕੇ ਉਦਘਾਟਨ ਦੇ ਇਸ ਮੌਕੇ 'ਤੇ ਅੰਮ੍ਰਿਤ ਰੂਪ ਗੁਰਬਾਣੀ ਗੁਰ ਸ਼ਬਦ ਦੀ ਕਥਾ ਵਿਚਾਰ ਨਾਲ ਆਪ ਸੰਗਤਾਂ ਨੂੰ ਗੁਰੂ ਚਰਣਾਂ ਦੇ ਨਾਲ ਜੋੜਿਆ। ਬੜੇ ਭਾਵਪੂਰਤ ਬੜੇ ਲੋੜੀਂਦੇ ਗੁਰਮਤਿ ਦੇ ਬਚਨ ਆਪ ਸੰਗਤਾਂ ਨਾਲ ਮਹਾਂਪੁਰਖਾਂ ਨੇ ਸਾਂਝੇ ਕੀਤੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਮਨਾਂ ਵਿੱਚ ਗੁਰੂ ਕੇ ਬਚਨ ਵਸਣ ਅਤੇ ਜੋ ਅਖੀਰ ਵਿੱਚ ਮਹਾਂਪੁਰਖਾਂ ਨੇ ਖਾਸ ਤੌਰ 'ਤੇ ਬੇਨਤੀ ਕੀਤੀ ਅੰਮ੍ਰਿਤਧਾਰੀ ਹੋਣ ਵਾਸਤੇ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਜੀਵਨ ਭਰ ਰਹਿਤ ਮਰਜ਼ਾਦਾ ਵਿੱਚ ਪਰਪੱਕ ਰਹਿਣਾ, ਬਾਣੀ ਬਾਣੀ ਨਾਲ ਜੁੜਨਾ, ਇੱਕੋ ਇੱਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਆਪਣਾ ਪੂਜਨੀਕ ਮੰਨਣਾ, ਗੁਰਚਰਣਾਂ ਵਿੱਚ ਝੁਕਣਾ, ਇਹ ਗੁਰਮਤਿ ਹੈ। ਅਤੇ ਜਿਵੇਂ ਮਹਾਂਪੁਰਖਾਂ ਨੇ ਦੱਸਿਆ, ਇਸ ਅਸਥਾਨ 'ਤੇ ਗੁਰਮਤਿ ਦੀ ਵਿੱਦਿਆ ਜਿਹੜੀ ਹੈ ਇਹ ਪੜ੍ਹਾਈ ਜਾਂਦੀ ਹੈ। ਇਲਾਕਾ ਨਿਵਾਸੀ ਸੰਗਤਾਂ ਦਾ ਪਹਿਲਾਂ ਵੀ ਬੜਾ ਸਹਿਯੋਗ ਰਿਹਾ, ਅਗਾਂਹ ਵੀ ਬੇਨਤੀ ਹੈ ਕਿ ਜਿੱਥੇ ਸਕੂਲ ਦੀ ਵਿੱਦਿਆ ਆਪਣੇ ਬੱਚਿਆਂ ਨੂੰ ਆਪਾਂ ਸਕੂਲਾਂ ਕਾਲਜਾਂ ਵਿੱਚੋਂ ਪੜ੍ਹਾਉਂਦੇ ਹਾਂ, ਉੱਥੇ ਗੁਰਮਤਿ ਵਿੱਦਿਆ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ। ਸਕੂਲ ਦੀ ਵਿੱਦਿਆ ਵੀ ਜ਼ਰੂਰੀ ਹੈ, ਉਹਦੇ ਤੋਂ ਵੱਧ ਜ਼ਰੂਰੀ ਗੁਰਮਤਿ ਦੀ ਵਿੱਦਿਆ, ਸਾਡੇ ਬੱਚੇ ਗੁਰਬਾਣੀ ਦੀ ਸੰਥਿਆ ਕਰਨ, ਗੁਰਚਰਣਾਂ ਦੇ ਨਾਲ ਜੁੜਨ। ਸੋ ਇਹ ਦੁਆਬੇ ਵਿੱਚ ਬਹੁਤ ਵੱਡਾ ਕੇਂਦਰ ਜਿਹੜਾ ਦਮਦਮੀ ਟਕਸਾਲ ਵੱਲੋਂ ਇਹ ਚਲਾਇਆ ਜਾ ਰਿਹਾ ਗੁਰਮਤਿ ਵਿੱਦਿਆ ਦਾ। ਦਾਸ ਨੂੰ ਯਾਦ ਹੈ, ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ ਦੇ ਸਮੇਂ ਦੌਰਾਨ ਇਹ ਜਿਹੜਾ ਅਸਥਾਨ ਸੀ ਦਮਦਮੀ ਟਕਸਾਲ ਦੇ ਪ੍ਰਬੰਧ ਹੇਠ ਆਇਆ ਔਰ ਇੱਥੋਂ ਦਾ ਪ੍ਰਬੰਧ ਸੰਭਾਲਣ ਦੇ ਵਿੱਚ ਬਹੁਤ ਵੱਡੀ ਮਿਹਨਤ ਰਹੀ ਸਾਡੇ ਸਤਿਕਾਰਯੋਗ ਬਾਬਾ ਧਰਮ ਸਿੰਘ ਜੀ, ਜੋ ਟਰੇਸੀ ਅਮੈਰੀਕਾ ਦੇ ਵਿਖੇ ਰਹਿ ਕੇ ਜਥੇਬੰਦੀ ਦੇ ਅਸਥਾਨ ਸੰਭਾਲ ਰਹੇ ਨੇ, ਆਏ ਹੋਏ ਸਨ ਪੰਜਾਬ ਔਰ ਪਰਸੋਂ ਜਦੋਂ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਪ੍ਰਾਰੰਭਤਾ ਹੋਈ ਉਦੋਂ ਬਾਬਾ ਧਰਮ ਸਿੰਘ ਜੀ ਹੋਰਾਂ ਨੇ ਇੱਥੇ ਹਾਜ਼ਰੀਆਂ ਭਰੀਆਂ ਸਨ। ਅੱਜ ਹਾਜ਼ਰੀ ਨਹੀਂ ਭਰ ਸਕੇ ਕਿਉਂਕਿ ਉਹ ਵਾਪਸ ਅਮੈਰੀਕਾ ਨੂੰ ਚਲੇ ਗਏ ਨੇ। ਬਹੁਤ ਵੱਡੀ ਮਿਹਨਤ ਸੀ ਉਹਨਾਂ ਦੀ। ਜਥੇਦਾਰ ਬਾਬਾ ਅਜੀਤ ਸਿੰਘ ਜੀ ਬੈਠੇ ਹੈ, ਸੋ ਇਹਨਾਂ ਨੂੰ ਵੀ ਪਤਾ ਹੈ, ਇਹ ਵੀ ਇਸ ਸਾਰੇ ਪ੍ਰਬੰਧ ਨੂੰ ਸੰਭਾਲਣ ਦੇ ਵਿੱਚ ਉਹਨਾਂ ਮਹਾਂਪੁਰਖਾਂ ਦੇ ਸਹਿਯੋਗੀ ਸਨ। ਲੰਬੇਰੇ ਸਮੇਂ ਤੋਂ ਇਸ ਅਸਥਾਨ ਦੀ, ਇਸ ਗੁਰਦਰਬਾਰ ਦੀ ਉਸਾਰੀ ਚੱਲ ਰਹੀ ਸੀ, ਕਾਰਜ ਚੱਲ ਰਿਹਾ ਸੀ, ਆਪ ਇਲਾਕਾ ਨਿਵਾਸੀ ਸਮੂਹ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ। ਸੋ ਅੱਜ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਸੰਪੂਰਨਤਾ ਬਖਸ਼ਿਸ਼ ਕੀਤੀ ਹੈ, ਪਰ ਜਿਵੇਂ ਮਹਾਂਪੁਰਖਾਂ ਨੇ ਬਚਨ ਕੀਤੇ ਕਿ ਇਹ ਇੱਥੇ ਫੁੱਲ ਸਟਾਪ ਨਹੀਂ, ਇੱਥੇ ਬਸ ਨਹੀਂ, ਅਗਾਂਹ ਹੋਰ ਵੀ ਸੇਵਾਵਾਂ ਚੱਲਦੀਆਂ ਰਹਿਣੀਆਂ ਔਰ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲਣੀਆਂ। ਸਤਿਗੁਰੂ ਜੀ ਕਿਰਪਾ ਕਰਕੇ ਆਪਣੇ ਸਾਰੇ ਕਾਰਜ ਆਪੇ ਹੀ ਰਾਸ ਕਰਵਾਉਣਗੇ, ਕਰਵਾਉਂਦੇ ਆਏ ਨੇ, ਕਰਵਾਉਣਗੇ। ਅਰਦਾਸ ਬੇਨਤੀ ਵੀ ਹੈ ਗੁਰੂ ਕੇ ਚਰਣਾਂ ਵਿੱਚ ਕਿ ਮਹਾਰਾਜ ਆਪ ਹੀ ਕਿਰਪਾ ਕਰਿਓ। ਜਥੇਬੰਦੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦਿਆਂ ਹੋਇਆਂ ਸਦਾ ਸਦਾ ਚੜ੍ਹਦੀਆਂ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰੋ। ਬੜੇ ਚਿਰ ਦਾ ਇਹ ਮਹਾਂਪੁਰਖ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਦੇ ਮਨ ਦਾ ਇਹ ਸੁਪਨਾ ਸੀ ਕਿ ਅਸਥਾਨ ਦੀ ਸੇਵਾ ਸੰਪੂਰਨ ਹੋਵੇ। ਗਿਆਨੀ ਜੀਵਾ ਸਿੰਘ ਜੀ, ਹੋਰ ਸਮੁੱਚੇ ਸਹਿਯੋਗੀ ਸਿੰਘ ਬਹੁਤ ਵੱਡੀਆਂ ਸੇਵਾਵਾਂ ਜਿਹੜੀਆਂ ਨੇ ਨਿਭਾਈਆਂ ਨੇ ਔਰ ਸਤਿਗੁਰੂ ਜੀ ਦੀ ਕਿਰਪਾ ਨਾਲ ਇਹ ਕਾਰਜ ਜਿਹੜਾ ਇਹ ਨੇਪਰੇ ਚੜ੍ਹਿਆ ਹੈ। ਕੋਟਾਨ ਕੋਟ ਸ਼ੁਕਰਾਨਾ ਸਤਿਗੁਰੂ ਜੀ ਕਾ। ਮੈਂ ਜ਼ਿਆਦਾ ਸਮਾਂ ਨਾ ਲਵਾਂ, ਸਟੇਜ ਦੇ ਉੱਪਰ ਬੜੀਆਂ ਮਹਾਨ ਸ਼ਖਸੀਅਤਾਂ ਸੁਭਾਏਮਾਨ ਨੇ, ਹੁਣੇ ਹੁਣੇ ਸੰਗਤ ਵਿੱਚ ਪਹੁੰਚ ਰਹੇ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਮੁੱਖ ਗ੍ਰੰਥੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਆਓ ਉਹਨਾਂ ਦੀ ਆਮਦ ਵਿੱਚ ਜੈਕਾਰਾ ਗਜਾਈਏ। ਬੋਲੇ ਸੋ ਨਿਹਾਲ,
ਪ੍ਰਮੁੱਖ ਸ਼ਖਸੀਅਤਾਂ ਦੇ ਨਾਮ ਲੈ ਕੇ ਮਹਾਂਪੁਰਖਾਂ ਨੇ ਹਾਜ਼ਰੀ ਲਵਾਈ ਹੈ। ਬਾਕੀ ਰਹਿੰਦੇ ਨਾਮ ਵੀ ਸਮੇਂ-ਸਮੇਂ ਮੁਤਾਬਕ ਆਪਾਂ ਹਾਜ਼ਰੀ ਲਵਾਉਂਦੇ ਜਾਵਾਂਗੇ। ਸੋ ਹੁਣ ਬੇਨਤੀ ਹੈ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜੀ ਕੇ ਜਥੇਦਾਰ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ। ਸੋ ਨਿੱਕੇ ਘੁੰਮਣਾ ਸੰਪਰਦਾ ਤੋਂ ਸਤਿਕਾਰਯੋਗ ਬਾਬਾ ਬੁੱਧ ਸਿੰਘ ਜੀ, ਜਿਨ੍ਹਾਂ ਦਾ ਦਮਦਮੀ ਟਕਸਾਲ ਦੇ ਨਾਲ ਬਹੁਤ ਵੱਡਾ ਸਹਿਯੋਗ ਰਹਿੰਦਾ, ਤਨ ਮਨ ਧਨ ਕਰਕੇ ਸਾਰੇ ਕਾਰਜਾਂ ਦੇ ਵਿੱਚ ਉਹ ਜਥੇਬੰਦੀ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜਦੇ ਹੈ। ਸੋ ਉਹਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਲੋਕਦੀਪ ਸਿੰਘ ਜੀ ਉਹ ਉਚੇਚੇ ਤੌਰ 'ਤੇ ਪਹੁੰਚੇ ਨੇ ਜੀ ਆਇਆਂ ਨੂੰ। ਮੈਂ ਬੇਨਤੀ ਕਰਾਂ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ, ਉਹ ਸੰਗਤਾਂ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਉਪਰੰਤ ਅਗਲਾ ਪ੍ਰੋਗਰਾਮ ਨਾਲ ਦੀ ਨਾਲ ਬੇਨਤੀ ਕੀਤੀ ਜਾਵੇਗੀ। ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਨੂੰ ਬੇਨਤੀ ਹੈ, ਆਓ ਸੰਗਤਾਂ ਨਾਲ ਗੁਰਮਤਿ ਦੀ ਸਾਂਝ ਪਾਓ ਜੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਕਿਰਪਾ ਨਿਧਾਨ ਭਗਤ ਵਸ਼ਲ ਚਾਵਰ ਤਖਤ ਛੱਤਰ ਸਿੰਘਾਸਣ ਦੇ ਮਾਲਕ, ਜੁਗੋ ਜੁਗੇ ਅਟਲ ਗਰੀਬ ਨਿਵਾਜ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਤਾ ਗੱਦੀ ਉੱਤੇ ਸੁਭਾਏਮਾਨ ਸ਼ਬਦ ਗੁਰੂ, ਪ੍ਰਤੱਖ ਗੁਰੂ, ਸਮਰੱਥ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਰੂਪ, ਗੁਰੂ ਖਾਲਸਾ, ਸਾਧ ਸੰਗਤ ਜੀਓ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੀ ਸੇਵਾ ਤੁਜਤੇ ਹੋਵੇ ਔਰ ਨਾ ਦੂਜਾ ਕਰਤਾ, ਭਗਤ ਤੇਰਾ ਸੋਈ ਤੁਦ ਭਾਵੈ ਜਿਸਨੋਂ ਤੂੰ ਰੰਗ ਧਰਤਾ, ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਹੈ। ਧੰਨ ਧੰਨ ਕਲਗੀਧਰ ਦਸ਼ਮੇਸ਼ ਪਿਤਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੋਂ ਵਰੋਸਾਈ ਹੋਈ ਸਿੱਖ ਪੰਥ ਦੀ ਮਹਾਨ ਜਥੇਬੰਦੀ ਦਮਦਮੀ ਟਕਸਾਲ, ਤਿਨ੍ਹਾਂ ਦੇ ਮੁਖੀ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਪ੍ਰਧਾਨ ਸੰਤ ਸਮਾਜ, ਉਹਨਾਂ ਵੱਲੋਂ ਆਪ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਗੁਰੂ ਘਰ ਦੀ ਨਵੀਂ ਇਮਾਰਤ ਦੀ ਉਸਾਰੀ ਜੋ ਪਿਛਲੇ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ, ਸਤਿਗੁਰ ਸਾਹਿਬਾਂ ਜੀ ਦੀ ਕਿਰਪਾ ਦੇ ਨਾਲ, ਰਹਿਮਤ ਦੇ ਨਾਲ ਇਹ ਅੱਜ ਸੰਪੂਰਨ ਹੋਈ ਹੈ ਔਰ ਨਵਾਂ ਦਰਬਾਰ ਸਤਿਗੁਰਾਂ ਦਾ ਤਿਆਰ ਹੋਇਆ ਹੈ। ਇਸ ਦੇ ਸ਼ੁਭ ਉਦਘਾਟਨ ਦੇ ਸਮੇਂ ਜਿੱਥੇ ਆਪ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ,
ਉੱਥੇ ਹੀ ਸਟੇਜ ਉੱਤੇ ਮਹਾਂਪੁਰਖ ਸੁਭਾਏਮਾਨ ਹਨ ਔਰ ਉਚੇਚੇ ਤੌਰ 'ਤੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹ ਵੀ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਹਨ। ਗੁਰੂ ਪਿਆਰੀ ਸਾਧ ਸੰਗਤ ਜੀਓ, ਇਹ ਜੋ ਮਹਾਨ ਜਥੇਬੰਦੀ ਹੈ, ਇਸ ਦੇ ਪਹਿਲੇ ਮੁਖੀ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹਨ ਔਰ ਬਾਬਾ ਦੀਪ ਸਿੰਘ ਜੀ ਜਿੱਥੇ ਜਪੀ ਤਪੀ ਉੱਥੇ ਮਹਾਨ ਲਿਖਾਰੀ ਵੀ ਹਨ। ਸਤਿਗੁਰ ਸਾਹਿਬਾਂ ਜੀ ਦੀ ਕਿਰਪਾ ਦੇ ਨਾਲ ਬਾਬਾ ਜੀ ਨੇ ਜਿੱਥੇ ਬੜੀਆਂ ਵੱਡੀਆਂ ਸੇਵਾਵਾਂ ਕੀਤੀਆਂ ਉੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਵਾਸਤੇ ਦੁਸ਼ਮਣਾਂ ਨਾਲ ਲੜਦਿਆਂ ਹੋਇਆਂ ਆਪਣਾ ਸੀਸ ਤਲੀ ਉੱਤੇ ਰੱਖ ਕੇ ਦੁਸ਼ਮਣਾਂ ਦੇ ਆਹੂ ਲਾਉਂਦਿਆਂ ਹੋਇਆਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਨੂੰ ਦੁਸ਼ਮਣਾਂ ਦੇ ਕੋਲੋਂ ਮੁਗਲਾਂ ਦੇ ਕੋਲੋਂ ਆਜ਼ਾਦ ਕਰਵਾਇਆ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੇ ਭੇਜੇ ਮਹਾਂਪੁਰਖ ਸੰਸਾਰ ਵਿੱਚ ਆਉਂਦੇ ਹਨ ਔਰ ਉਹਨਾਂ ਦੀਆਂ ਵੱਖ ਵੱਖ ਡਿਊਟੀਆਂ ਲੱਗਦੀਆਂ ਨੇ। ਮਹਾਂਪੁਰਖ ਆਉਂਦੇ ਹਨ, ਨਾਮ ਜਪਦੇ ਹਨ। ਮਹਾਂਪੁਰਖ ਆਉਂਦੇ ਹਨ ਕਾਰ ਸੇਵਾ ਵਾਲੇ ਮਹਾਂਪੁਰਖ, ਉਹ ਫਿਰ ਇਮਾਰਤਾਂ ਬਣਾਉਂਦੇ ਨੇ, ਗੁਰੂ ਘਰ ਦੀਆਂ ਹੋਰ ਸੇਵਾਵਾਂ ਕਰਦੇ ਨੇ। ਮਹਾਂਪੁਰਖ ਆਉਂਦੇ ਨੇ ਸੰਸਾਰ ਦੇ ਵਿੱਚ, ਗੁਰਮੁਖੀ ਵਿਦਿਆ ਪੜ੍ਹਾਉਂਦੇ ਨੇ, ਪਰ ਦਮਦਮੀ ਟਕਸਾਲ ਦੇ ਹਿੱਸੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਰੀਆਂ ਹੀ ਸੇਵਾਵਾਂ ਬਖਸ਼ਿਸ਼ ਕੀਤੀਆਂ ਨੇ। ਦਮਦਮੀ ਟਕਸਾਲ ਵੱਲੋਂ ਜਿੱਥੇ ਗੁਰਮਤ ਦੀ ਵਿੱਦਿਆ ਪੜ੍ਹਾਈ ਜਾਂਦੀ ਹੈ, ਉੱਥੇ ਗੁਰੂ ਘਰਾਂ ਦੀ ਸੇਵਾ ਵੀ ਬੜੇ ਸੁਚੱਜੇ ਅਤੇ ਉੱਚੇ ਢੰਗ ਦੇ ਨਾਲ ਕੀਤੀ ਜਾਂਦੀ ਹੈ। ਪੰਥ ਨੂੰ ਜੇ ਲੋੜ ਪਵੇ ਤਾਂ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵਰਗੇ ਮਹਾਂਪੁਰਖ ਉਹ ਫਿਰ ਛਾਤੀਆਂ ਡਾਹ ਕੇ ਦੁਸ਼ਮਣ ਦੀਆਂ ਤੋਪਾਂ ਦੇ ਅੱਗੇ ਵੀ ਖੜਦੇ ਨੇ। ਇਹ ਸਿਰਫ ਦਮਦਮੀ ਟਕਸਾਲ ਦੇ ਹਿੱਸੇ ਵਿੱਚ ਆਇਆ ਹੈ ਔਰ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ, ਜਿਨ੍ਹਾਂ ਉੱਤੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕੀਤੀ, ਬੜੀਆਂ ਵੱਡੀਆਂ ਸੇਵਾਵਾਂ ਉਹਨਾਂ ਦੇ ਕੋਲੋਂ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਲਈਆਂ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰੀਏ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦਰਸ਼ਨ ਕਰੀਏ ਤਾਂ ਉੱਥੇ ਹੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਅਤੇ 1984 ਵਿੱਚ ਬਲਿਊ ਸਟਾਰ ਨੀਲੇ ਸੱਕ ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਮਹਾਨ ਗੁਰਦੁਆਰਾ ਸਾਹਿਬ ਉੱਥੇ ਸਥਾਪਿਤ ਕੀਤਾ ਗਿਆ। ਇਹ ਵੀ ਸੇਵਾ ਜਿਹੜੀ ਹੈ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ ਉਹਨਾਂ ਦੇ ਹਿੱਸੇ ਵਿੱਚ ਆਈ ਔਰ ਪਿਛਲੇ ਹੀ ਦਿਨੀਂ ਉਸੇ ਹੀ ਗੁਰਦੁਆਰਾ ਸਾਹਿਬ ਜੀ ਦੇ ਹੇਠਾਂ ਬੇਸਮੈਂਟ ਦੇ ਵਿੱਚ ਸ਼ਹੀਦੀ ਗੈਲਰੀ ਤਿਆਰ ਕੀਤੀ ਗਈ ਹੈ। ਉਹ ਵੀ ਸੇਵਾ ਮਹਾਂਪੁਰਖਾਂ ਦੇ ਹਿੱਸੇ ਵਿੱਚ ਆਈ ਹੈ ਔਰ ਬੜੀ ਮਿਹਨਤ ਦੇ ਨਾਲ ਮਹਾਂਪੁਰਖਾਂ ਵੱਲੋਂ ਉਸ ਸ਼ਹੀਦੀ ਗੈਲਰੀ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਦੀਆਂ ਤਸਵੀਰਾਂ ਸਥਾਪਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਸਿੱਖ ਸੰਘਰਸ਼ ਦੇ ਦੌਰਾਨ
ਸਿੱਖੀ ਦੇ ਖਾਤਰ, ਅਣਖ ਅਤੇ ਗੈਰਤ ਦੇ ਖਾਤਰ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉੱਥੇ ਹੀ ਜੇ ਪਰਿਕਰਮਾ ਕਰਦਿਆਂ ਹੋਇਆ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਉੱਤੇ ਜਾਈਏ, ਉੱਥੋਂ ਦੀ ਮਹਾਨ ਸੇਵਾ ਵੀ ਬਾਬਾ ਜੀ ਦੇ ਹਿੱਸੇ ਆਈ। ਇਹ ਸਾਰੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪ ਤਰੁੱਟ ਕੇ ਇਹਨਾਂ ਕੋਲੋਂ ਇਹ ਮਹਾਨ ਸੇਵਾਵਾਂ ਕਰਵਾ ਰਹੇ ਹਨ। ਦਾਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਕਿ ਮਹਾਂਪੁਰਖਾਂ ਨੂੰ ਪੂਰਨ ਤੌਰ 'ਤੇ ਸਿਹਤ ਜਾਬੀ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਜੋ ਮਹਾਨ ਸੇਵਾਵਾਂ ਪੰਥ ਦੀਆਂ ਦੀ ਝੋਲੀ ਵਿੱਚ ਪਾਈਆਂ ਹਨ ਉਹ ਆਪ ਕਰਵਾ ਲੈਣ। ਇਹ ਮਹਾਨ ਜੋ ਅੱਜ ਸ਼ੁਭ ਉਦਘਾਟਨ ਹੈ ਗੁਰਦੁਆਰਾ ਸਾਹਿਬ ਜੀ ਦਾ, ਦਾਸ ਆਪਣੇ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ, ਮਹਾਂਪੁਰਖਾਂ ਨੂੰ ਇਸ ਨਵੇਂ ਅਸਥਾਨਾਂ ਦੀਆਂ ਵਧਾਈਆਂ ਦਿੰਦਾ ਹੋਇਆ ਆਪ ਸਾਰੀਆਂ ਸੰਗਤਾਂ ਤੋਂ ਖਿਮਾ ਦਾ ਜਾਚਕ ਹਾਂ। ਮੇਰੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਉਹਨਾਂ ਨੇ ਵੀ ਆਪ ਸੰਗਤਾਂ ਦੇ ਨਾਲ ਬਚਨ ਸਾਂਝੇ ਕਰਨੇ ਸਨ, ਪਰ ਸਰੀਰ ਦੀ ਢਿੱਲ ਮੱਠ ਹੋਣ ਕਰਕੇ, ਮਸਤਾਨਾ ਹੋਣ ਕਰਕੇ ਸਰੀਰ, ਇਸ ਕਰਕੇ ਉਹਨਾਂ ਦੀ ਹਾਜ਼ਰੀ ਵੀ ਦਾਸ ਹੀ ਲਵਾਉਂਦਾ ਹੈ। ਸਿੱਖ ਪੰਥ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਜੀ, ਉਹਨਾਂ ਨੇ ਵੀ ਉਚੇਚੇ ਤੌਰ 'ਤੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰਨੀ ਸੀ, ਪਰ ਕੋਈ ਜ਼ਰੂਰੀ ਰੁਝੇਵਿਆਂ ਕਰਕੇ ਉਹਨਾਂ ਕੋਲ ਇਹਨਾਂ ਸਮਾਗਮਾਂ ਦੇ ਵਿੱਚ ਨਹੀਂ ਪਹੁੰਚਿਆ ਗਿਆ। ਉਹਨਾਂ ਦੀ ਵੀ ਹਾਜ਼ਰੀ ਦਾਸ ਲਵਾਉਂਦਾ ਹੋਇਆ ਆਪ ਸਾਰੀਆਂ ਸੰਗਤਾਂ ਨੂੰ ਫਿਰ ਤੋਂ ਇਹਨਾਂ ਨਵੇਂ ਅਸਥਾਨਾਂ ਦੀ ਵਧਾਈ ਦਿੰਦਾ ਹੋਇਆ ਫਤਿਹ ਗਜਾਉਂਦਾ ਹਾਂ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ, ਕੇਸਗੜ੍ਹ ਸਾਹਿਬ ਤਖ਼ਤ ਜੀ ਦੇ ਜਥੇਦਾਰ ਸਾਹਿਬ ਜੀ ਕਾ। ਸੋ ਸਾਧ ਸੰਗਤ ਜੀ, ਸਟੇਜ ਦੇ ਉੱਪਰ ਹੁਣੇ ਹੁਣੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ ਬੰਸ ਮਹਾਂਪੁਰਖ ਜਥੇਦਾਰ ਸੰਤ ਬਾਬਾ ਗੁਰਬਚਨ ਸਿੰਘ ਜੀ ਸੋ ਪਧਾਰੇ ਹਨ ਜੀ ਆਇਆਂ ਨੂੰ। ਸੰਤ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਹਰੀਆਂ ਵੇਲਾ ਤਰਨਾ ਦਲ ਵਾਲੇ ਉਹ ਹਾਜ਼ਰੀਆਂ ਭਰ ਰਹੇ ਨੇ। ਸੱਚਖੰਡ ਵਾਸੀ ਭਾਈ ਉੱਜਲ ਸਿੰਘ ਜੀ ਮਲਸੀਹਾ, ਜਿਨ੍ਹਾਂ ਨੇ ਸੰਤ ਕਰਤਾਰ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਨਾਲ ਰਹਿ ਕੇ ਮਹਾਨ ਪੰਥਕ ਸੇਵਾਵਾਂ ਕੀਤੀਆਂ, ਉਹਨਾਂ ਦੇ ਧਰਮ ਸੁਪਤਨੀ ਮਾਤਾ ਰਜਿੰਦਰ ਕੌਰ ਜੀ ਹਾਜ਼ਰ ਨੇ। 20ਵੀਂ ਸਦੀ ਦੇ ਮਹਾਨ ਸਿੱਖ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਜਥੇ ਵਿੱਚ ਰਹਿਣ ਵਾਲੇ ਪੁਰਾਣੇ ਸਿੰਘ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਜਗੀਰ ਸਿੰਘ ਜੀ ਮਹੰਤ, ਜੋ ਅੱਜ ਕੱਲ੍ਹ ਇੰਗਲੈਂਡ ਵਿੱਚ ਰਹਿੰਦੇ ਹੈ, ਉਚੇਚੇ ਤੌਰ 'ਤੇ ਆਏ, ਹਾਜ਼ਰੀਆਂ ਭਰ ਕੇ ਗਏ। ਨਿਰਮਲ ਸੰਪਰਦਾਇ ਤੋਂ ਮਹਾਂਪੁਰਖ ਸੰਤ ਬਾਬਾ ਤਰਸੇਮ ਸਿੰਘ ਜੀ ਆਦਮਪੁਰ ਤੋਂ ਉਹ ਹਾਜ਼ਰੀਆਂ ਭਰ ਰਹੇ ਨੇ। ਸੱਚਖੰਡ ਵਾਸੀ ਮਹਾਂਪੁਰਖ ਸੰਤ ਬਾਬਾ ਅਮਰਜੀਤ ਸਿੰਘ ਜੀ ਮੁੰਡਾ ਪਿੰਡ ਵਾਲੇ, ਤਿੰਨਾਂ ਦੀ ਸੁਪਤਨੀ ਔਰ ਸਤਿਕਾਰਯੋਗ ਬਾਬਾ ਬੰਤਾ ਸਿੰਘ ਜੀ, ਗਿਆਨੀ ਜੀਵਾ ਸਿੰਘ ਹੋਰਾਂ ਦੇ ਮਾਤਾ ਜੀ, ਮਾਤਾ ਕੁਲਵੰਤ ਕੌਰ ਜੀ ਹਾਜ਼ਰੀਆਂ ਭਰ ਰਹੇ ਨੇ। ਸੰਤ ਬਾਬਾ ਪ੍ਰੀਤਮ ਸਿੰਘ ਜੀ ਕਾਰ ਸੇਵਾ ਗੁਰੂ ਕਾ ਤਾਲ ਆਗਰੇ ਵਾਲਿਆਂ ਵੱਲੋਂ, ਜਥੇਦਾਰ ਬਾਬਾ ਅਮਰ ਸਿੰਘ ਜੀ ਸੋ ਉਹਨਾਂ ਦੇ ਵੱਲੋਂ ਵੀ ਸਿੰਘ ਜਿਹੜੇ ਨੇ ਪਹੁੰਚੇ ਹੋਏ ਨੇ। ਸੰਤ ਕਰਮਜੀਤ ਸਿੰਘ ਜੀ ਟਿੱਬਾ ਸਾਹਿਬ ਹੁਸ਼ਿਆਰਪੁਰ ਤੋਂ ਆਏ ਨੇ। ਸੋ ਮਹਿਤੇ ਨਗਰ ਦੇ ਸਰਪੰਚ ਭਾਈ ਕਸ਼ਮੀਰ ਸਿੰਘ ਜੀ, ਮਦਰੇ ਫਿਰੋਜ਼ਪੁਰ ਤੋਂ ਸਰਪੰਚ ਅਮਰ ਸਿੰਘ ਜੀ, ਬਾਬਾ ਸੁਖਦੇਵ ਸਿੰਘ ਜੀ ਸੁਰਸਿੰਘ ਵਾਲੇ ਹਾਜ਼ਰੀਆਂ ਭਰ ਰਹੇ ਨੇ। ਦਮਦਮੀ ਟਕਸਾਲ ਦੇ ਮਹਾਨ ਵਿਦਵਾਨ ਔਰ ਜ਼ਿੰਮੇਵਾਰੀਆਂ ਦੇ ਵਿੱਚ ਸੇਵਾਵਾਂ ਨਿਭਾਉਣ ਵਾਲੇ ਗਿਆਨੀ ਸਾਹਿਬ ਸਿੰਘ ਜੀ ਹਾਜ਼ਰ ਨੇ। ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ,
ਤਿਨ੍ਹਾਂ ਦੇ ਸਤਿਕਾਰਯੋਗ ਵੱਡੇ ਸਪੁੱਤਰ ਭਾਈ ਸਾਹਿਬ ਭਾਈ ਈਸ਼ਰ ਸਿੰਘ ਜੀ ਹਾਜ਼ਰ ਹਨ। ਦਮਦਮੀ ਟਕਸਾਲ ਦੇ ਪ੍ਰਾਣੀ ਵਿਦਿਆਰਥੀ ਸਤਿਕਾਰਯੋਗ ਗਿਆਨੀ ਹੀਰਾ ਸਿੰਘ ਜੀ ਮਨਿਆਣਾ ਵਾਲੇ, ਸਿੱਖ ਕੌਮ ਦੀ ਮਾਣਮੱਤੀ ਸੰਪਰਦਾ ਹਰਖੋਵਾਲ ਅਤੇ ਇਸ ਦੇ ਮੁਖੀ ਮਹਾਂਪੁਰਖ ਸੰਤ ਬਾਬਾ ਅਮਰਜੀਤ ਸਿੰਘ ਜੀ, ਉਹ ਗੁਰੂ ਕੇ ਚਰਨਾਂ ਵਿੱਚ ਹਾਜ਼ਰ ਹਨ। ਮਾਤਾ ਜਸਪ੍ਰੀਤ ਕੌਰ ਜੀ ਮਾਹਿਲਪੁਰ ਵਾਲੇ, ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣ ਵਾਲੇ, ਉਹਨਾਂ ਦੇ ਸਪੁੱਤਰ ਐਡਵੋਕੇਟ ਭਾਈ ਸਾਹਿਬ ਭਾਈ ਲੋਕਦੀਪ ਸਿੰਘ ਜੀ ਉਚੇਚੇ ਤੌਰ 'ਤੇ ਪਹੁੰਚੇ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਨੇਕਾਂ ਮੈਂਬਰ ਸਾਹਿਬਾਨ ਪਹੁੰਚੇ ਨੇ ਔਰ SGPC ਦੇ ਸਕੱਤਰ ਸਾਹਿਬ ਸਾਡੇ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਚਾਵਲਾ ਸਟੇਜ 'ਤੇ ਸੁਭਾਈਮਾਨ ਹਨ। ਉਹਨਾਂ ਦੇ ਨਾਲ ਭਾਈ ਅਮਰਵੀਰ ਸਿੰਘ ਜੀ ਢੋਟ, ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਅੰਮ੍ਰਿਤਸਰ ਤੋਂ, ਬਾਬਾ ਸੂਬਾ ਸਿੰਘ ਜੀ ਕਾਰ ਸੇਵਾ ਕੁਹਾੜਕੇ ਵਾਲੇ, ਜਿਨ੍ਹਾਂ ਨੇ ਦਮਦਮੀ ਟਕਸਾਲ ਦੇ ਵਿੱਚ ਰਹਿ ਕੇ ਵੀ ਅਨੇਕਾਂ ਸੇਵਾਵਾਂ ਨਿਭਾਈਆਂ। ਸ਼ਹੀਦ ਪਰਿਵਾਰਾਂ ਵਿੱਚੋਂ ਭਾਈ ਅਮਰਜੀਤ ਸਿੰਘ ਜੀ ਚਹੇੜੂ ਪਹੁੰਚੇ ਨੇ, ਬਾਬਾ ਸੋਹਣ ਸਿੰਘ ਜੀ ਅਰਨੀ ਵਾਲੇ, ਅੰਸ ਬੰਸ ਬਾਬਾ ਖੁਸ਼ਦਿਲ ਸਿੰਘ ਜੀ ਅਰਨੀ ਵਾਲੇ ਉਹ ਪਹੁੰਚੇ ਨੇ, ਬਾਬਾ ਸਰਵਨਦਾਸ ਜੀ ਬਾਬੇ ਜੌੜੇ ਵਾਲੇ ਮਹਾਂਪੁਰਖ ਹਾਜ਼ਰੀਆਂ ਭਰ ਰਹੇ ਨੇ, ਬਾਬਾ ਹਰਜਿੰਦਰ ਸਿੰਘ ਜੀ ਬਾਘੇ ਪੁਰਾਣੇ ਵਾਲੇ, ਜਥੇਦਾਰ ਰਣਜੀਤ ਸਿੰਘ ਜੀ ਕਾਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਸੋ ਬਾਕੀ ਜਿਹੜੀਆਂ ਸੰਗਤਾਂ ਹਨ, ਹੋਰ ਸ਼ਖਸੀਅਤਾਂ ਹਨ, ਉਹਨਾਂ ਦੇ ਨਾਮ ਬਾਅਦ ਵਿੱਚ ਬੇਨਤੀ ਕਰਾਂਗੇ, ਨਹੀਂ ਅੱਗੇ ਹੋਰ ਹੈਗੇ। ਸੋ ਹੁਣ ਬੇਨਤੀ ਹੈ ਪਰਮ ਸਤਿਕਾਰਯੋਗ ਜਥੇਦਾਰ ਬਾਬਾ ਨਿਹਾਲ ਸਿੰਘ ਜੀ, ਜਿਨ੍ਹਾਂ ਨੂੰ ਪੰਥ ਵੱਲੋਂ ਜਿੰਦਾ ਸ਼ਹਾਦ ਦਾ ਖਿਤਾਬ ਦਿੱਤਾ, ਜਿੰਦਾ ਸ਼ਹੀਦ ਦਾ ਖਿਤਾਬ ਜਿਹੜਾ ਸੀ ਉਹ ਦਿੱਤਾ ਗਿਆ ਪਾਉਂਟਾ ਸਾਹਿਬ ਦੇ ਵਾਪਰੇ ਹੋਏ ਸਾਕੇ ਦੌਰਾਨ। ਸੋ ਬਹੁਤ ਸਤਿਕਾਰਯੋਗ ਮਹਾਂਪੁਰਖ ਨੇ, ਸੋ ਉਹਨਾਂ ਨੂੰ ਬੇਨਤੀ ਹੈ ਕਿ ਚੰਦ ਮਿੰਟ ਉਹ ਸੰਗਤਾਂ ਦੇ ਵਿੱਚ ਹਾਜ਼ਰੀ ਲਵਾਉਣ ਔਰ ਗੁਰਮਤਿ ਵਿਚਾਰਾਂ ਦੀ ਸਾਂਝ ਸੰਗਤਾਂ ਦੇ ਨਾਲ ਪਾਉਣ। ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ,